ਸਤਿ ਸ਼੍ਰੀ ਅਕਾਲ ਦੋਸਤੋ, ਆਪ ਜੀ ਦਾ ਬਹੁਤ ਜੀ ਆਇਆਂ ਆਖਦੇ ਹਾਂ ਜੀ ਸਾਡੇ ਚੈਨਲ ਦੇ ਵਿੱਚ ਸੇਵਕਨ ਫੋਰ ਯੂਟਿਊਬ ਚੈਨਲ ਦੇ ਵਿੱਚ, ਜੋ ਤੁਹਾਡੇ ਲਈ ਕੀ ਆ ਲੇਟੈਸਟ ਵੈਕੈਂਸੀਆਂ ਲੈ ਕੇ ਹਾਜ਼ਰ ਹੁੰਦਾ ਜੀ ਤੁਹਾਡੇ ਲਈ, ਜੋ ਹਰ ਪ੍ਰਕਾਰ ਦੀ ਕੋਈ ਸਰਕਾਰੀ ਆ ਪ੍ਰਾਈਵੇਟ ਆ, ਜਿੱਦਾਂ ਕਿ ਰਿਜ਼ਲਟ ਹੈਗਾ, ਜੋ ਵੀ ਲੇਟੈਸਟ ਕੋਈ ਇਨਫੋਰਮੇਸ਼ਨ ਹੁੰਦੀ ਆ, ਸਾਡਾ ਮਕਸਦ ਤੁਹਾਡੇ ਲਈ ਹੁੰਦਾ ਜੀ ਤੁਹਾਨੂੰ ਸਮੇਂ ਸਮੇਂ ਦੇ ਵਿੱਚ ਅਪਡੇਸ਼ਨ ਦੇਣਾ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੁਜਾਰੀ ਜੀ ਗੁਜ਼ਾਰਿਸ਼ ਕਰੂੰਗਾ ਕਿ ਜੇ ਤੱਕ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੇਵਕ ਇਨਫੋ ਯੂਟਿਊਬ ਚੈਨਲ ਨੂੰ, ਉਸ ਮਤਲਬ ਸਰਚ ਬੋਕਸ ਜਾ ਕੇ ਸੇਵਕ ਇਨਫੋ ਸਰਚ ਕਰਨ ਜੀ, ਅਤੇ ਸਾਡੇ ਯੂਟਿਊਬ ਚੈਨਲ ਸੇਵਕ ਇਨਫੋ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਹੀ ਬੈਲ ਦੇ ਬਟਨ ਨੂੰ ਵੀ ਕਲਿੱਕ ਕਰ ਲਓ। ਜਦੋਂ ਵੀ ਕੋਈ ਨੈਕਸਟ ਟਾਈਮ ਦਾ ਮੈਂ ਵੀਡੀਓ ਅਪਲੋਡ ਕਰੂੰਗਾ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਸਕਰੀਨ 'ਤੇ ਪ੍ਰੋਵਾਈਡ ਹੋ ਜੂਗਾ, ਜੋ ਬਿਲਕੁਲ ਫ੍ਰੀ ਆਫ ਕੋਸਟ ਹੈ, ਤਾਂ ਕੋਈ ਵੀ ਐਕਸਟਰਾ ਚਾਰਜ ਨਹੀਂ ਹੈਗਾ। ਤਾਂ ਚੱਲਦੇ ਹਾਂ ਦੋਸਤੋ ਜ਼ਰੂਰੀ ਤਰਫ, ਜੋ ਅੱਜ ਟੋਪਿਕ ਤੁਹਾਡੀ ਮੈਂ ਲੈ ਕੇ ਆਇਆ, ਪੰਜਾਬ ਦੇ ਵਿੱਚ ਵੈਕੈਂਸੀਆਂ ਨਿਕਲ ਗਈਆਂ ਨੇ, ਉਹ ਕਿਹੜੇ ਕਿਹੜੇ ਕਿੱਥੇ 'ਤੇ ਵੈਕੈਂਸੀਆਂ ਨੇ, ਕਿਹੜੇ ਕਿਹੜੇ ਕਾਲਜਾਂ 'ਚ ਨੇ, ਦੱਸਦੇ ਹਾਂ ਤੁਸੀਂ ਵੀਡੀਓ ਵਿੱਚ। ਤਾਂ ਚੱਲਦੇ ਹਾਂ ਸਿੱਧਾ ਦੋਸਤੋ, ਵੀਡੀਓ 'ਚ ਨੋਟੀਫਿਕੇਸ਼ਨ ਆਪਣੇ ਕੋਲ ਆਇਆ। ਤਾਂ ਜਿੱਦਾਂ ਕਿ ਤੁਸੀਂ ਨੋਟੀਫਿਕੇਸ਼ਨ ਦੇਖ ਰਹੇ ਹੋ ਜੀ, ਇਹ ਨੋਟੀਫਿਕੇਸ਼ਨ ਹੈ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ। ਤਾਂ ਜੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਵਿੱਚ ਜੇ ਅਧੀਨ ਜੋ ਕਾਲਜ ਚੱਲ ਰਹੇ ਨੇ, ਕਿਹੜੇ ਕਿਹੜੇ ਕਾਲਜ ਨੇ ਜੀ, ਉਹਦੇ ਵਿੱਚ ਵੈਕੈਂਸੀਆਂ ਨਿਕਲੀਆਂ ਨੇ, ਉਹ ਵੈਕੈਂਸੀਆਂ ਤੁਹਾਨੂੰ ਦੱਸ ਦੇਵਾਂ ਮੈਂ। ਤਾਂ ਸਭ ਤੋਂ ਪਹਿਲਾਂ ਆਪਾਂ ਨੋਟਿਸ ਪੜ੍ਹਦੇ ਹਾਂਗੇ, ਜਿੱਦਾਂ ਕਿ ਇਹਨਾਂ ਨੂੰ ਦੱਸਿਆ ਗਿਆ ਹੈਗਾ ਕਿ ਜੋ ਵੈਕੈਂਸੀਆਂ ਨਿਕਲੀਆਂ ਨੇ ਨਾ, ਉਹ ਐਗਰੀਕਲਚਰ ਵਿਸ਼ੇ ਦੇ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰਾਂ ਦੀਆਂ ਜੋ ਕੰਟਰੈਕਚੁਅਲ ਅਸਾਮੀਆਂ ਦੀ ਜਾਣਕਾਰੀ, ਯਾਨੀ ਕਿ ਜਿੱਦਾਂ ਕਿ ਜਦੋਂ ਇਹ ਪ੍ਰੋਫੈਸਰ ਅਸਿਸਟੈਂਟ ਦੀਆਂ ਵੈਕੈਂਸੀਆਂ ਨਿਕਲੀਆਂ ਨੇ, ਤਾਂ ਜੋ ਵੀ ਇਹਨਾਂ ਦੇ ਅਧੀਨ ਕਾਲਜ ਆਉਂਦੇ ਨੇ, ਉਹਨਾਂ ਦੇ ਜੇ ਪੋਸਟਾਂ ਨੇ, ਉਹ ਕਿਹੜੇ ਕਿਹੜੇ ਕਾਲਜ ਨੇ, ਉਹ ਤੁਹਾਡੇ ਨਾਲ ਮੈਂ ਡਿਸਕਸ ਸਾਂਝੇ ਕਰਦਾ। ਤਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਨੋਟੀਫਿਕੇਸ਼ਨ 'ਚ ਆਇਆ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਲਜਾਂ ਵਿੱਚ ਕੰਟਰੈਕਚੁਅਲ ਅਸਾਮੀਆਂ, ਟੀਚਿੰਗ ਅਸਾਮੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਵਿੱਦਿਅਕ ਸੈਸ਼ਨ 2019-20 ਲਈ ਐਗਰੀਕਲਚਰ ਵਿਸ਼ੇ ਦੇ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਦੀਆਂ ਜੋ ਕੰਟਰੈਕਚੁਅਲ ਅਸਾਮੀਆਂ ਭਰਨ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਡਾਇਰੈਕਟਰ ਆਫ ਐਜੂਕੇਸ਼ਨ ਦੀ ਜੋ ਵੈਬਸਾਈਟ ਹੈ ਜੀ www.desgpc.org 'ਤੇ ਕੀ ਆ ਆਨਲਾਈਨ ਅਪਲਾਈ ਕਰ ਸਕਦੇ ਨੇ, ਜਿਸ ਦੀ ਜੋ ਲਾਸਟ ਡੇਟ ਰਹਿ ਜਾਣੀ ਹੈ ਜੀ ਉਹ 7/10/2019 ਤੱਕ ਅਪਲਾਈ ਕਰ ਸਕਦੇ ਹੋ। ਵਧੇਰੇ ਜਾਣਕਾਰੀ ਜੋ ਉਪਲਬਧ ਵੈਬਸਾਈਟ ਹੈ ਜੀ, ਉਸ 'ਤੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ, ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿਸ ਦੇ ਵਿੱਚ ਲੇਟੈਸਟ ਇਹਨਾਂ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਆਉਂਦੀ ਤੁਹਾਨੂੰ ਅਸੀਂ ਜ਼ਰੂਰ ਅਪਡੇਟਸ ਦੇਵਾਂਗੇ। ਤਾਂ ਜੋ ਵੀ ਕਹਿੰਦੇ ਨੇ ਇਹ ਸਮੇਂ ਦੀ ਜੋ ਗਿਣਤੀ ਹੈ ਜੀ ਉਹ ਘੱਟ ਵੱਧ ਸਕਦੀ ਹੈਗੀ, ਅਤੇ ਸਿੱਖ ਉਮੀਦਵਾਰ ਜੋ ਨੇ ਸਿੱਖ ਉਮੀਦਵਾਰ ਪ੍ਰਤੀਤ ਨਹੀਂ ਹੋਣਾ ਚਾਹੀਦਾ, ਜੋ ਇਹ ਹੈਗਾ ਇਹਨਾਂ ਨੇ ਨਿਯਮਤ ਹਸਤਾ ਕਿ ਪਾਸ ਇੰਟਰਵਿਊ ਰੱਦ ਮੁਤਲਬੀ ਕਰਨ ਦਾ ਅਧਿਕਾਰ ਰੱਖਦਾ ਹੈ। ਤਾਂ ਇਹ ਕੋਈ ਟਰਮੈਂਟ ਕੰਡੀਸ਼ਨ ਹੈ ਜੀ, ਦੱਸ ਦੇ ਸਕਦੇ ਹੋ। ਤਾਂ ਜੋ ਇਸ ਵਿੱਚ ਕੁਝ ਹਦਾਇਤਾਂ ਨੇ ਜ਼ਰੂਰੀ ਦੱਸਦੇ ਹਾਂ, ਤੁਹਾਡਾ ਸਾਂਝੇ ਕਰਦੇ ਹਾਂ। ਰਿਟਾਇਰ ਕਰਮਚਾਰੀ, ਠੀਕ ਹੈ, ਜੋ ਐਗਰੀਕਲਚਰ ਕਿ ਵਿਭਾਗ ਦੇ ਪਿਛੋਕੜ ਨੇ, ਠੀਕ, ਰਿਟਾਇਰ ਕਰਮਚਾਰੀ ਐਗਰੀਕਲਚਰ ਵਿਭਾਗ ਦੇ ਪਿਛੋਕੜ ਨੇ, ਉਹ ਚੀਜ਼ ਨੂੰ ਅਪਲਾਈ ਕਰਨ ਦੇ ਐਲੀਜੀਬਲ ਨੇ। ਤਾਂ ਉਮੀਦਵਾਰ ਦਾ ਜਾਂ ਉਮੀਦਵਾਰ ਦਾ ਇਸ ਦੇ ਵਿੱਚ ICAR ਨੈਟ PhD ਮਾਨਤਾ ਪ੍ਰਾਪਤ ਹੋਣਾ ਲਾਜ਼ਮੀ ਹੈ ਜੀ, ਪ੍ਰਾਪਤ ਹੋਣਾ ਲਾਜ਼ਮੀ ਹੈ, ਠੀਕ ਹੈ। ਇਹ ਜਿੱਦਾਂ ਕਿ ਇਹਨਾਂ ਨੇ ਦੱਸਿਆ ਗਿਆ ਸੈਕਿੰਡ ਕਾਲਮ ਦੇ ਵਿੱਚ। ਤਾਂ ਉਸ ਤੋਂ ਬਾਅਦ ਜੋ ਤਨਖਾਹ ਗੀ ਮੈਨੇਜਮੈਂਟ ਕਾਲਜ ਦੇ ਨਿਯਮਾਂ ਦੇ ਅਕੋਰਡਿੰਗ ਤੁਹਾਨੂੰ ਜੋ ਉੱਥੇ ਪ੍ਰੋਵਾਈਡ ਹੋਣੀ ਹੈਗੀ, ਉਹ ਇਹਨਾਂ ਦੇ ਅਕੋਰਡਿੰਗ ਨਿਯਮ ਕੋਲ ਕੀ ਗੱਲਬਾਤ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਚੱਲਦੇ ਹਾਂ ਜੀ, ਜੋ ਪੋਸਟਾਂ ਨੇ ਕੰਟਰੈਕਟ ਪੱਧਰ 'ਤੇ ਭਰੀਆਂ ਜਾਣੀਆਂ, ਤਾਂ ਇਹ ਪੋਸਟਾਂ ਨੇ ਇਹ ਕੰਟਰੈਕਟ ਪੱਧਰ 'ਤੇ ਨੇ ਜੀ, ਯਾਨੀ ਕਿ ਇੱਕ ਰੈਗੂਲਰ ਨਹੀਂ ਹੈਗੀ, ਫਿਲਹਾਲ ਇਹ ਕੰਟਰੈਕਟ ਪੱਧਰ 'ਤੇ ਵੈਕੈਂਸੀ ਹੈਗੀ ਹੈ। ਤਾਂ UGC ਪੰਜਾਬ ਸਰਕਾਰ ਦੇ ਯੂਨੀਵਰਸਿਟੀ ਆਫ ਪਟਿਆਲਾ ਦੀਆਂ ਹਦਾਇਤ ਸ਼ਰਤਾਂ ਮੁਤਾਬਕ ਲੋੜੀ ਦੇ ਯੋਗਤਾ ਰੱਖਣ ਨਾਲ ਵੇ, ਤਾਂ ਜੋ ਵੀ ਕੈਂਡੀਡੇਟ ਨੇ ਲੋੜੀ ਦੇ ਜਾਂ ਯੋਗਤਾ ਵਗੈਰਾ ਰੱਖਦੇ ਨੇ, ਤਾਂ ਉਹ ਕੀ ਹੈ ਇਹਨਾਂ ਦੀ ਜਿਹੜੀ ਵੈਬਸਾਈਟ ਆ ਗਈ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋਗੇ ਵੈਬਸਾਈਟ 'ਤੇ ਜਾ ਕੇ, ਠੀਕ ਹੈ, 7/10 ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋਗੇ। ਤਾਂ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਸਾਡਾ ਵੀ CSE ਸੈਂਟਰ ਬੋਹਾ ਦੇ ਜੀ, CSE ਸੈਂਟਰ ਬੋਹਾ ਦੇ ਵਿੱਚ ਤੁਸੀਂ ਤੁਹਾਡਾ GI ਆਖਦੇ ਆ, ਸਾਡੇ ਨਾਲ ਅਸਰ ਰਾਬਤਾ ਕਾਇਮ ਕਰਕੇ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋਗੇ, ਜੋ ਵੀ ਕਿ ਸਾਡੇ ਲਵੇ ਕੈਂਡੀਡੇਟ ਹੈਗਾ। ਤਾਂ ਹੁਣ ਗੱਲ ਕਰਾਂਗੇ ਉਹ ਕਾਲਜ ਕਿਹੜੇ ਨੇ ਜਿਨ੍ਹਾਂ ਵਿੱਚ ਇਹ ਵੈਕੈਂਸੀਆਂ ਨਿਕਲੀਆਂ ਹੋਈਆਂ ਨੇ, ਠੀਕ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੋ ਕਿ ਗੁਰੂ ਨਾਨਕ ਕਾਲਜ ਬੁਢਲਾਡਾ, ਠੀਕ ਹੈ, ਜੋ ਕਿ ਮਤਲਬ ਗੁਰੂ ਨਾਨਕ ਕਾਲਜ ਬੁਢਲਾਡਾ ਮਾਨਸਾ ਦੇ ਵਿੱਚ ਪੈਂਦਾ ਜੀ, ਇਹਦੇ ਵਿੱਚ ਵੈਕੈਂਸੀਆਂ ਨਿਕਲੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋਗੇ, ਠੀਕ ਹੈ। ਜਦੋਂ ਸਾਡੇ ਸਕਰੀਨ ਸਾਹਮਣੇ ਫਲੈਸ਼ ਹੋ ਰਿਹਾ, ਤਾਂ ਪ੍ਰੋਫੈਸਰ ਦੀਆਂ, ਐਸੋਸੀਏਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਦੀਆਂ ਵੈਕੈਂਸੀਆਂ ਨੇ ਜੀ, ਠੀਕ ਹੈ, ਕਿਹੜੇ ਕਿਹੜੇ ਕੈਟਾਗਰੀ ਡਿਵਾਈਡ ਕੀਤੀਆਂ ਗਈਆਂ ਨੇ, ਹਰ ਪੋਸਟ ਨੂੰ ਇਹਨਾਂ ਨੇ ਇੱਧਰ ਫਲੈਸ਼ ਕੀਤਾ ਹੋਇਆ, ਤੁਸੀਂ ਇਜ਼ਲੀ ਇਸ ਚੀਜ਼ ਨੂੰ ਦੇਖ ਕੇ ਜੀ ਅਪਲਾਈ ਕਰ ਸਕਦੇ ਹੋਗੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਚੱਲਦੇ ਹਾਂ, ਕਿਹੜਾ ਕਾਲਜ ਆ ਉਹ ਜਿਸ ਦੇ ਵਿੱਚ ਪੋਸਟ ਆਈ ਹੋਈ ਹੈ। ਤਾਂ ਨੈਕਸਟ ਕਾਲਜ ਹੈਗਾ ਜੀ ਖਾਲਸਾ ਕਾਲਜ ਪਟਿਆਲਾ। ਤਾਂ ਦੋਸਤੋ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਵੀ ਵੈਕੈਂਸੀ ਆਈ ਹੋਈ ਆ,
ਤਾਂ ਜੋ ਵੀ ਖਾਲਸਾ ਕੋਲਜ ਵਿੱਚ ਅਪਲਾਈ ਕਰਨਾ ਚਾਹੁੰਦਾ ਜੀ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦਾ ਗਾ। ਪੋਸਟਾਂ ਤੁਹਾਡੇ ਸਾਹਮਣੇ ਸ਼ਡਿਊਲ ਫਲੈਸ਼ ਹੋ ਰਿਹਾ, ਪ੍ਰੋਫੈਸਰ ਦੀ, ਐਸੋਸੀਏਟ ਪ੍ਰੋਫੈਸਰ, ਠੀਕ ਹੈ, ਅਸਿਸਟੈਂਟ ਪ੍ਰੋਫੈਸਰ, ਇਹ ਤੁਹਾਡੇ ਸਾਹਮਣੇ ਫਲੈਸ਼ ਹੋ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਤਾਂ ਥਰਡ ਨੰਬਰ 'ਤੇ ਆਪਣੇ ਕੋਲ ਆ ਜਾਂਦਾ ਜੀ ਮਾਤਾ ਗੁਜਰੀ ਕੌਲਜ ਸ਼੍ਰੀ ਫਤਿਹਗੜ੍ਹ ਸਾਹਿਬ। ਤਾਂ ਇਹ ਮਾਤਾ ਗੁਜਰੀ ਜੋ ਫਤਿਹਗੜ੍ਹ ਸਾਹਿਬ ਦੇ ਵਿੱਚ ਨੇ, ਜੋ ਕਾਲਜ ਦੇ ਵਿੱਚ ਵੈਕੈਂਸੀ ਆਈ ਹੋਈਆਂ ਨੇ, ਇਹ ਵੀ ਤੁਸੀਂ ਦੇਖ ਸਕਦੇ ਹੋਗੇ, ਕੈਟਾਗਰੀ ਵਾਈਜ਼ ਇੱਥੇ ਫਲੈਸ਼ ਹੋ ਰਹੇ ਨੇ, ਤੁਸੀਂ ਦੇਖ ਸਕਦੇ ਹੋਗੇ, ਠੀਕ ਆ। ਤਾਂ ਅੱਗੇ ਫੋਰਥ ਲੈਵਲ ਚੱਲਦੇ ਹਾਂ ਜੀ, ਜੋ ਸ਼੍ਰੀ ਗੁਰੂ ਤੇਗ ਬਹਾਦਰ ਦੇ ਕਾਲਜ ਆ ਜੀ, ਉੱਥੇ ਵੈਕੈਂਸੀ ਆਈ ਆ ਅਨੰਦਪੁਰ ਸਾਹਿਬ ਦੇ ਵਿੱਚ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਵੈਕੈਂਸੀ ਆਈ ਹੋਈ ਆ। ਤਾਂ ਇਹ ਤੁਸੀਂ ਪੋਸਟਾਂ ਦੇਖ ਸਕਦੇ ਹੋਗੇ। ਤਾਂ ਜੋ ਵੀ ਯੋਗ ਉਮੀਦਵਾਰ ਨੇ ਉਹ ਅਪਲਾਈ ਕਰ ਸਕਦੇ ਨੇ ਇਹਨਾਂ ਕਾਲਜਾਂ ਦੇ ਵਿੱਚ, ਸੀਟਾਂ ਤੁਹਾਡੇ ਸਾਹਮਣੇ ਫਲੈਸ਼ ਹੋ ਰਹੀਆਂ ਨੇ। ਮੈਂ ਤੁਹਾਨੂੰ ਵੈਬਸਾਈਟ ਵੀ ਦੱਸਤੀ, ਲਾਸਟ ਡੇਟ ਵੀ ਦੱਸਤੀ। ਜੇਕਰ ਤੁਹਾਡਾ ਕੋਈ ਸਵਾਲ ਹੈ ਫਿਰ ਵੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ। ਅਤੇ ਨਾਲ ਹੀ ਦੋਸਤੋ ਇੱਕ ਗੱਲ ਹੋਰ, ਇਹਨਾਂ ਦਾ ਫੋਨ ਨੰਬਰ ਵੀ ਹੈਗਾ, ਤੁਸੀਂ ਇਹਨਾਂ ਦੇ ਫੋਨ ਨੰਬਰ 'ਤੇ ਵੀ ਜਾ ਕੇ ਸੰਪਰਕ ਕਰ ਸਕਦੇ ਹੋਗੇ ਜੀ। ਤਾਂ ਵੀਡੀਓ ਨੂੰ ਲਾਈਕ ਕਰ ਦਿਉ, ਤੁਹਾਨੂੰ ਵੀਡੀਓ ਕਿੱਦਾਂ ਲੱਗੀ ਲਾਈਕ ਕਰ ਦਿਉ, ਸ਼ੇਅਰ ਕਰ ਦਿਉ, ਸ਼ੇਅਰ ਜ਼ਰੂਰ ਕਰ ਦਿਉ ਦੋਸਤੋ, ਤਾਂ ਕਿ ਕਈ ਵਾਰ ਇਹ ਹੁੰਦਾ ਨਾ, ਮਤਲਬ ਤੁਹਾਡੇ ਲਈ ਯੂਜ਼ ਲਈ ਹੈਗੀ ਵੀਡੀਓ, ਤੁਹਾਡੇ ਤੁਸੀਂ ਐਜੂਕੇਸ਼ਨ ਇੱਦਾਂ ਰੱਖਦੇ ਹੋਗੇ, ਇਹਨੂੰ ਅਪਲਾਈ ਕਰਨ ਐਲੀਜੀਬਲ, ਤਾਂ ਬਹੁਤ ਚੰਗੀ ਗੱਲ ਆ ਕਿ ਅਦਰਵਾਈਜ਼ ਤੁਹਾਡੇ ਜੇਕਰ ਫਰੈਂਡ ਸਰਕਲ ਦੇ ਵਿੱਚ ਮਤਲਬ ਹੈਗਾ ਕੋਈ, ਮਤਲਬ ਉਹਨਾਂ ਲਈ ਸ਼ੇਅਰ ਕਰ ਦਿਉ, ਕਿਉਂਕਿ ਮਤਲਬ ਤੁਹਾਡੇ ਲਈ ਮਤਲਬ ਨਹੀਂ ਹੈਗੀ ਪੋਸਟ, ਇਹ ਯੋਗਤਾ ਰੱਖਦੇ ਤੁਸੀਂ, ਤਾਂ ਹੋਰਾਂ ਲਈ ਸ਼ਾਇਦ ਕੰਮ ਦੀ ਹੋਵੇ ਇਹ ਵੀਡੀਓ। ਤਾਂ ਤੁਸੀਂ ਵਟਸਐਪ ਗਰੁੱਪ ਆਪਾਂ ਕਿੰਨੇ ਕਿੰਨੇ ਚਲਾਉਂਦੇ ਹਾਂਗੇ ਟੀਮ ਦੇ ਵਿੱਚ, ਤਾਂ ਤੁਸੀਂ ਉਹਨਾਂ ਗਰੁੱਪਾਂ ਦੇ ਵਿੱਚ ਸੈਂਡ ਕਰ ਦਿਉ, ਤਾਂ ਕਿ ਕਿਸੇ ਲਈ ਇਹ ਵੀਡੀਓ ਕਾਰਗਰ ਸਾਬਤ ਹੋਵੇ, ਠੀਕ ਆ। ਤਾਂ ਕਰਕੇ ਉਹਨਾਂ ਲਈ ਤੁਹਾਡੇ ਇੱਕ ਸੀਸੀ ਹੋਊਗੀ, ਤੁਸੀਂ ਉਹਨਾਂ ਨੂੰ ਵੀਡੀਓ ਸੈਂਡ ਕਰੋਗੇ, ਉਹਨਾਂ ਲਈ ਸ਼ਾਇਦ ਇੱਕ ਚੰਗਾ ਮੌਕਾ ਹੋਊਗਾ ਜੇ ਉਹ ਅਪਲਾਈ ਕਰ ਸਕਦੇ ਨੇ। ਤਾਂ ਥੈਂਕ ਯੂ ਜੀ ਦੋਸਤੋ, ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹਿਣੇ, ਇੱਦਾਂ ਹੀ ਸਾਡੇ ਨਾਲ ਜੁੜੇ ਰਹੋ, ਵੀਡੀਓ ਦੇਖਦੇ ਰਹੋ, ਲਾਈਕ ਕਰਦੇ ਰਹੋ, ਸ਼ੇਅਰ ਕਰਦੇ ਰਹੋ, ਅਤੇ ਜੇ ਤੁਹਾਡਾ ਸਵਾਲ ਆ ਤਾਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ। ਤਾਂ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਦਾ, ਗੁੱਡ ਬਾਏ, ਜੈ ਹਿੰਦ, ਟੇਕ ਕੇਅਰ।